ਇੱਕ ਦੂਸਰੀ ਦੀਵਾਰ ਥੱਲੇ ਆ ਗਈ, ਦੋ ਦੀਵਾਰਾਂ ਕਿਤੇ ਐਡੀ ਵੱਡੀ ਛਿੱਟ ਹੈ ਅਤੇ ਤੁਸੀਂ ਹਿਸਾਬ ਲਾ ਲਓ ਇਹਦੇ ਵਿੱਚੋਂ ਕੱਢੀ ਹੈ ਵੀ ਅੰਗਰੇਜ਼ ਦੌਰ ਦੀ ਕ੍ਰਿਕਟ ਹੈ ਜੀ। ਅਤੇ ਇਹ ਜਿਹਨਾਂ ਦਾ ਖੂਹ ਹੈ ਨਾ ਉਹ ਕਹਿੰਦੇ ਨੇ ਸਾਡੇ ਦਾਦਿਆਂ ਨੂੰ ਨਹੀਂ ਪਤਾ ਨਾ ਪੜਦਾਦਿਆਂ ਨੂੰ ਪਤਾ ਜੀ, ਸਮਝ ਆਈ ਕੋਈ? ਅਤੇ ਤੁਸੀਂ ਸਾਨੂੰ ਦੱਸਣਾ ਵੀ ਕਿਸ ਦੌਰ ਦੀ ਇੱਟ ਯਾਰ, ਨਿਗਾਹ ਦਾ ਮਾਰੋ ਵੇਖੋ ਐਡੀ ਚੌੜੀ ਇੱਟ ਬਈ, 9-10 ਇੰਚ ਦੀ ਚੌੜਾਈ ਜੇ ਅਤੇ ਫੁੱਟ ਤੋਂ ਵੀ ਤਕਰੀਬਨ ਨਾ ਮੇਰਾ ਖਿਆਲ ਜ਼ਿਆਦਾ ਹੈ ਇਹ ਜਿਹੜੀ ਇੱਟ ਨਾ ਫੁੱਟ ਤੋਂ ਜ਼ਿਆਦਾ ਹੈ। ਉਸ ਤੋਂ ਬਾਅਦ ਵੇਖੋ ਥੱਲੇ ਸਾਰੀਆਂ ਐਡੀ ਐਡੀ ਲੱਗੀਆਂ ਨੇ, ਅੱਗੇ ਅਸੀਂ ਕੱਢਦੇ ਤਾਂ ਟੁੱਟ ਜਾਂਦੀਆਂ ਸਾਰੀਆਂ, ਟੁੱਟ ਜਾਂਦੀਆਂ ਨਾ ਵੇਖੋ ਨਾ, ਇਹ ਵੀ ਐਡੀ ਹੈ ਅਤੇ ਟੁੱਟ ਜਾਂਦੀਆਂ ਸਾਰੀਆਂ, ਕੱਚੇ ਬਣ ਗਏ ਸਾਰਾ ਹੈ ਨਾ ਪਏ ਅਤੇ ਇਹ ਟੁੱਟ ਜਾਂਦੀਆਂ ਸਾਰੀਆਂ ਅਤੇ ਫਿਰ ਤਾਂ ਵੇ ਤੋਂ ਜਾਏ ਨਾ ਨਿਜ਼ਾਮ ਸਾਰਾ ਚੇਂਜ ਹੋਈ ਜਾਏਗਾ ਜੀ, ਸਾਰੀਆਂ ਟੁੱਟ ਗਈਆਂ ਇੱਦਾਂ। ਅਤੇ ਫਿਰ ਇਹਨਾਂ ਦੀ ਮਾਤਾ ਮਾਤੀ ਸਾਰੀ ਲੈਂਦੇ ਹਾਂ ਆਪਾਂ, ਆ ਬਜ਼ੁਰਗ ਆਏ ਨਾ ਸਾਡੇ ਕੋਲ ਘੁੱਟਣ ਵਾਸਤੇ। ਹਾਂਜੀ ਅਤੇ ਇਹ ਅਸੀਂ ਇਹਨਾਂ ਨੂੰ ਗਿੜਾ ਲਾਉਣ ਲੱਗੇ ਹਾਂ ਜੀ, ਇੱਥੇ ਹੁਣ ਅਸੀਂ ਇਹਨੂੰ ਨਾ ਟੋਰਨ ਲੱਗੇ ਹਾਂ ਥੱਲੇ ਨੂੰ, ਠੀਕ ਹੈ। ਇਹਦੇ ਵਿੱਚ ਇੱਟੇ ਬਹੁਤ ਨੇ, ਪੱਥਰ, ਟਾਕੀਆਂ, ਪਟੇ, ਇਹ ਲੈਂਟਰ ਨੂੰ ਖਤਰਾ ਥੱਲੇ ਨਾ ਬੜਾ ਹੈਗਾ ਸੀ, ਰੋਡ ਵੀ ਹੈਗਾ ਸੀ ਅਤੇ ਅਲਾ ਕੀਤਾ ਜਿਹੜਾ ਨਾ ਪਿਆ। ਗਿਰਦਾ ਪਿਆ ਟੁੱਟਦਾ ਪਿਆ ਜੀ, ਅਗਰ ਕੋਈ ਆਸਤੇ ਆਸਤੇ ਜਿਹੜੀ ਗਿਰਦੀ ਨਾ ਉਸ ਲਈ ਬਹਿੰਦਾ ਪਿਆ। ਦੱਸੋ ਥੋੜਾ ਜਿਹਾ ਪੱਕਾ ਤਾਂ ਮੈਂ ਕਹਿੰਦਾ ਥੋੜਾ ਜਿਹਾ ਜ਼ੋਰ ਲੈਂਦਾ ਪਿਆ ਮਸਲਮ ਨਾ ਮਜ਼ੀਦ ਉਸ ਤੋਂ ਕਰ ਦਿੰਦਾ।